ਸੱਜਰੀਆ ਗੱਲ ਦੋਸਤੋ ਮੈਂ ਚਰਨਜੀਤ ਸਿੰਘ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਐਗਰੀਡਵਾਈਸ ਅੱਜ ਇਸ ਵੀਡੀਓ ਦੇ ਵਿੱਚ ਜਿਹੜੀ ਗੱਲਬਾਤ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਇਸ ਨਵੇਂ ਸੀਜ਼ਨ ਦੇ ਵਿੱਚ ਕਿਹੜੀਆਂ-ਕਿਹੜੀਆਂ ਫਸਲਾਂ ਦੇ ਕਿੰਨੇ-ਕਿੰਨੇ ਰੇਟ ਵਧਾਏ ਗਏ ਨੇ ਕਿਹੜੀ ਫਸਲ ਦੀ ਕਿੰਨੀ MSP ਦੇ ਵਿੱਚ ਵਾਅਦਾ ਕੀਤਾ ਗਿਆ ਇਸ ਵਾਰੀ ਜਿਹੜੀਆਂ ਆਪਣੀਆਂ ਕੁਝ ਮੁੱਖ ਫਸਲਾਂ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਕਣਕ, ਜੋ ਸਰੋਂ, ਛੋਲੇ, ਮਸਰ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਰੇਟਾਂ ਦੇ ਵਿੱਚ ਕੁਝ ਵਾਧਾ ਕੀਤਾ ਗਿਆ ਹੈ ਤਾਂ ਉਹਦੇ ਬਾਰੇ ਇਸ ਵੀਡੀਓ ਦੇ ਵਿੱਚ ਅੱਗੇ ਆਪਾਂ ਜਾਣਦੇ ਹਾਂ ਕਿੰਨਾ ਰੇਟ ਇਸ ਵਾਰੀ ਆਪਾਂ ਨੂੰ ਮੰਡੀ ਦੇ ਵਿੱਚ ਮਿਲੇਗਾ। ਸਭ ਤੋਂ ਪਹਿਲਾਂ ਜਿਹੜੇ ਨਵੇਂ ਜ਼ਿੰਮੇਦਾਰ ਪਹਿਲੀ ਵਾਰੀ ਆਪਣੇ ਚੈਨਲ ਤੇ ਆਏ ਨੇ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਲੱਗਾ ਬੈਲ ਦਾ ਬਟਨ ਦਬਾ ਲਓ ਤਾਂ ਕਿ ਹੋਰ ਖੇਤੀਬਾੜੀ ਦੇ ਨਾਲ ਜਾਂ ਕਿਸਾਨੀ ਦੇ ਨਾਲ ਰਿਲੇਟਡ ਹੋਰ ਆਉਣ ਵਾਲੀਆਂ ਵੀਡੀਓ ਜਿਹੜੀਆਂ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਸੋ ਇਸ ਵਾਰੀ ਵੱਖ-ਵੱਖ ਫਸਲਾਂ ਦੇ ਵਧੇ ਰੇਟਾਂ ਦੀ ਜੇ ਆਪਾਂ ਗੱਲ ਕਰਦੇ ਆਂ ਤਾਂ ਕੁਝ ਨਾ ਕੁਝ ਵਾਅਦਾ ਜਿਹੜਾ ਜ਼ਰੂਰ ਕੀਤਾ ਗਿਆ ਹੈ ਪਰ ਹਾਲਾਂਕਿ ਇਹ ਜਿਹੜੀ ਤਾਨਾਸ਼ਾ ਸਰਕਾਰ ਹੈ ਕਦੇ ਵੀ ਚਾਹੁੰਦੀ ਨਹੀਂ ਹੈ ਕਿ ਮੰਡੀਆਂ ਚੱਲਣ ਜਾਂ ਮੰਡੀਆਂ ਦੇ ਵਿੱਚ ਫਸਲ ਜਿਹੜੀ ਆਪਾਂ ਲੈ ਕੇ ਜਾਈਏ ਪਰ ਉਹਨਾਂ ਨੂੰ ਨਾ ਚਾਹੁੰਦੇ ਹੋਏ ਵੀ ਇਹਦੇ ਵਿੱਚ ਕੁਝ ਨਾ ਕੁਝ ਵਾਅਦਾ ਜਿਹੜਾ ਕਰਨਾ ਪੈਂਦਾ ਇੱਕ ਬਹੁਤ ਵੱਡੀ ਗੇਮ ਹੁੰਦੀ ਏ ਰੇਟਾਂ ਦੀ ਗੱਲ ਤਾਂ ਵੱਖਰੀ ਏ ਉਹ ਤਾਂ ਬਹੁਤ ਸਮੇਂ ਤੋਂ ਚੱਲਦੀ ਆ ਰਹੀ ਏ ਪਰ ਹੁਣ ਤਾਂ ਉਹ ਟਾਈਮ ਹੈ ਜਦੋਂ ਆਪਣੀ ਪੂਰੀ ਜ਼ਮੀਨ ਹੀ ਵੱਡੇ ਵੱਡੇ ਕਰਾਣਿਆਂ ਵੱਲੋਂ ਖਿਸਕਣੀ ਸਟਾਰਟ ਹੋ ਗਈ ਏ ਹੌਲੀ ਹੌਲੀ ਜਨਤਾ ਨੂੰ ਗਰਮ ਆਪਣੇ ਮੁੱਦੇ ਦੇ ਉੱਪਰ ਆਉਣੇ ਆ ਇਸ ਵਾਰੀ ਆਪਾਂ ਨੂੰ ਵੱਖ-ਵੱਖ ਫਸਲਾਂ ਦੇ ਕਿੰਨੇ ਰੇਟ ਜਿਹੜੇ ਮੰਡੀ ਦੇ ਵਿੱਚ ਮਿਲਣਗੇ ਸਭ ਤੋਂ ਪਹਿਲੇ ਨੰਬਰ ਤੇ ਜੇ ਆਪਾਂ ਛੋਲਿਆਂ ਦੇ ਬਾਰੇ ਗੱਲ ਕਰਦੇ ਆਂ ਤਾਂ ਛੋਲਿਆਂ ਦੇ ਵਿੱਚ 225 ਰੁਪਏ ਪ੍ਰਤੀ ਕੁਇੰਟਲ ਦੇ حساب ਦੇ ਨਾਲ ਇਹਦਾ ਰੇਟ ਜਿਹੜਾ ਵਧਾਇਆ ਗਿਆ ਹੈ ਇਸ ਵਾਰੀ ਆਪਾਂ ਨੂੰ ਰੇਟ ਜਿਹੜਾ ਐ ਐਮਐਸਪੀ ਦੇ ਹਿਸਾਬ ਦੇ ਨਾਲ 5100 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਦੇ ਨਾਲ ਇਹ ਜਿਹੜਾ ਛੋਲਿਆਂ ਦਾ ਰੇਟ ਆਪਾਂ ਨੂੰ ਮੰਡੀ ਦੇ ਵਿੱਚ ਮਿਲੇਗਾ। ਇਹਦੇ ਤੋਂ ਬਾਅਦ ਦੇ ਵਿੱਚ ਜੇ ਆਪਾਂ ਮਸਰਾਂ ਦੇ ਰੇਟ ਬਾਰੇ ਜਾਣਦੇ ਆ ਇਸ ਵਾਰੀ ਆਪਾਂ ਨੂੰ ਮਸਰ ਦਾ ਰੇਟ ਜਿਹੜਾ 300 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਦੇ ਨਾਲ ਵਧਾਇਆ ਗਿਆ ਹੈ। ਮਸਰਾਂ ਦਾ ਰੇਟ ਵੀ ਜਿਹੜਾ ਇਸ ਵਾਰੀ ਆਪਾਂ ਜੇ ਐਮਐਸਪੀ ਦੀ ਗੱਲ ਕਰਦੇ ਆ ਤਾਂ ਫਿਰ 5100 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਦੇ ਨਾਲ ਮਸਰਾਂ ਦਾ ਰੇਟ ਆਪਾਂ ਨੂੰ ਮੰਡੀ ਦੇ ਵਿੱਚ ਜਿਹੜਾ ਦੇਖਣ ਨੂੰ ਮਿਲੇਗਾ। ਮਸਰਾਂ ਤੋਂ ਬਾਅਦ ਦੇ ਵਿੱਚ ਜੇ ਸਰੋਂ ਦੇ ਰ ਕਵਾਂਟਲ ਦੇ ਹਿਸਾਬ ਦੇ ਨਾਲ ਵਧਾਇਆ ਗਿਆ ਹੈ ਇਸ ਵਾਰੀ ਆਪਾਂ ਨੂੰ 4650 ਰੁਪਏ ਪ੍ਰਤੀ ਕਵਾਂਟਲ ਰੇਟ ਜਿਹੜਾ ਸਰੋਂ ਦਾ ਮੰਡੀ ਦੇ ਵਿੱਚ ਉਹ ਦੇਖਣ ਨੂੰ ਮਿਲੇਗਾ ਇਹਦੇ ਤੋਂ ਬਾਅਦ ਦੇ ਵਿੱਚ ਜਵਾਂ ਦੇ ਰੇਟ ਦੇ ਵਿੱਚ 75 ਰੁਪਏ ਦਾ ਵਾਧਾ ਜਿਹੜਾ ਇਸ ਵਾਰੀ ਕੀਤਾ ਗਿਆ ਹੈ 1600 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਦੇ ਨਾਲ ਇਸ ਵਾਰੀ ਆਪਾਂ ਨੂੰ ਜਵਾਂ ਦਾ ਰੇਟ ਜਿਹੜਾ ਮੰਡੀ ਦੇ ਵਿੱਚ ਦੇਖਣ ਨੂੰ ਮਿਲੇਗਾ ਜਵਾਂ ਤੋਂ ਬਾਅਦ ਦੇ ਵਿੱਚ ਆਪਣੀ ਮੇਨ ਝਾਪ ਕਹਿ ਸਕਦੇ ਹਾਂ ਕਿ ਮੁੱਖ ਜਿਹੜੀ ਫਸਲ ਹੈ ਕਣਕ ਕਣਕ ਦਾ ਇਸ ਵਾਰੀ ਰੇਟ ਜਿਹੜਾ 50 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਦੇ ਨਾਲ ਵਧਾਇਆ ਗਿਆ ਇਸ ਵਾਰੀ ਆਪਾਂ ਨੂੰ ਮੰਡੀ ਦੇ ਵਿੱਚ 1975 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਕਣਕ ਦਾ ਰੇਟ ਜਿਹੜਾ ਉਹ ਦੇਖਣ ਨੂੰ ਮਿਲੇਗਾ। ਇਹ ਐਮਐਸਪੀ ਦੀ ਜੇ ਆਪਾਂ ਗੱਲ ਕਰਦੇ ਆਂ ਤਾਂ ਕਣਕ ਨੂੰ ਛੱਡ ਕੇ ਜਾਂ ਝੋਨੇ ਨੂੰ ਛੱਡ ਕੇ ਆਪਾਂ ਸਾਰੇ ਜਾਣਦੇ ਆਂ ਕਿ ਹੋਰ ਬਾਕੀ ਫਸਲਾਂ ਦੇ ਉੱਪਰ ਆਪਾਂ ਨੂੰ ਕਿੰਨੀ ਕੁ ਐਮਐਸਪੀ ਜਿਹੜੀ ਇਹ ਦਿੱਤੀ ਜਾਂਦੀ ਹੈ ਪਰ ਕਹਿਣ ਨੂੰ ਇਹ ਰੇਟ ਜਿਹੜੇ ਆ ਜਰੂਰ ਵਧਾਏ ਜਾਂਦੇ ਨੇ। ਕਣਕ ਦਾ ਰੇਟ ਇਸ ਵਾਰੀ ਕਾਫੀ ਜ਼ਿਆਦਾ ਘਟ ਵਧਾਇਆ ਗਿਆ। ਇਸ ਵਾਰੀ ਕੀ ਹਰ ਵਾਰੀ ਇਹੀ ਹਾਲ ਹੁੰਦਾ ਹੈ ਆਪਣੇ ਕੋਲ 1900 ਜਾਂ 1950 ਨੂੰ ਕਣਕ ਉਹੀ ਲੈ ਕੇ ਇਹਨਾਂ ਦਾ ਉਹ ਪਤੰਜਲੀ ਵਾਲਾ ਜਿਹੜਾ ਕਾਣਾ ਜਾਂ ਬਾਬਾ ਉਹ 100-100 ਰੁਪਏ ਕਿਲੋ ਦੇ हिसाब ਦੇ ਨਾਲ ਆਟਾ ਵੇਚਦਾ ਹੈ ਉਹ 1 ਕਿਲੋ ਦੇ ਵਿੱਚੋਂ ਇੰਨੇ ਜਿਆਦਾ ਜਿਹੜੀ ਕਮਾਈ ਕਰ ਜਾਂਦੇ ਨੇ ਪਰ ਇੱਕ ਜ਼ਿਮੀਂਦਾਰ ਜਦੋਂ ਐਂਡ ਦੇ ਵਿੱਚ ਜਾ ਕੇ ਵੇਂਦਾ ਹੈ हिसाब ਕਰਦਾ ਹੈ ਕਿ ਮੈਨੂੰ ਕੀ ਬਚਾਇਆ ਤਾਂ ਮੇਰੇ ਖਿਆਲ ਦੇ ਵਿੱਚ ਉਹਨੂੰ ਖਾਲੀ ਯੂਰੀਆ ਵਾਲੇ ਤੋੜੇ ਜਿਹੜੇ ਆ ਸਿਰਫ ਉਹੀ ਵਜਦੇ ਨੇ ਉਹਨਾਂ ਤੋਂ ਇਲਾਵਾ ਹੋਰ ਕੁਝ ਨਹੀਂ ਵਜਦਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਇਹੀ ਸੀ ਜੇ ਜਾਣਕਾਰੀ ਚੰਗੀ ਲੱਗੀ ਹੋਰ ਜ਼ਿਮੀਂਦਾਰਾਂ ਤੱਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ